ਕਾਮਰੇਡ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਆ ਤੁਸੀਂ ਕਹਿੰਦੇ ਹਾਂ ਅਸੀਂ ਜੋ ਵੀ ਸਜ਼ਾ ਕੱਟ ਰਿਆ ਹੁਣ ਮੋਰਚਾ ਲੱਗਿਆ ਕੀ ਹੁਣ ਕਾਮਰੇਡ ਉੱਥੇ ਜਾਣਗੇ ਇਸ ਮੁਲਕ ਦੇ ਵਿੱਚ ਜਿਹੜੇ ਬੰਦੇ ਸਜ਼ਾ ਪੂਰੀ ਕਰ ਚੁੱਕੇ ਆ ਸਿਆਸੀ ਤਰੀਕੇ ਦੇ ਨਾਲ ਸਰਕਾਰਾਂ ਇਹਦੇ ਤੇ ਫੈਸਲਾ ਕਰਦੀਆਂ ਨੇ ਵੀ ਜੇ ਤੁਸੀਂ ਕਹਿੰਦੇ ਆ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੇ ਸੈਨਾ ਚ ਤਾਕਤ ਸੀ ਉਹਨਾਂ ਨੇ ਉਹ ਸੈਨਾ ਦੀ ਤਾਕਤ ਵਰਤੀ ਨਹੀਂ ਇਹਦਾ ਮਤਲਬ ਜੇ ਅੱਜ ਤੁਹਾਡੇ ਸੈਨਾ ਚ ਤਾਕਤ ਹੈਗੀ ਆ ਤੁਸੀਂ ਉਹਨਾਂ ਦੇ ਸੈਨਾ ਦੀ ਤਾਕਤ ਕਿਉਂ ਨਹੀਂ ਵਰਤ ਰਹੇਗੇ ਕੋਈ ਵੀ ਬੰਦਾ ਜਿਸ ਨੇ ਸਜ਼ਾ ਪੂਰੀ ਕਰ ਲਈ ਹੈਗੀ ਆ ਉਹਨੂੰ ਜੇਲ੍ਹ 'ਚ ਰੱਖਣਾ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਕੁਝ ਮਹੀਨੇ ਪਹਿਲੇ ਪਾਰਲੀਮੈਂਟ 'ਚ ਇਹ ਗੱਲ ਉੱਠੀ ਔਰ ਉਹਦੇ ਤੇ ਕੇਂਦਰ ਦੇ ਮੰਤਰੀ ਨੇ ਜਵਾਬ ਦਿੰਦਿਆਂ ਇਹ ਕਿਹਾ ਕਿ ਅਸੀਂ ਇਹ ਗੱਲ ਸੂਬਿਆਂ ਦੇ ਉੱਪਰ ਜਿਹੜੀ ਹੈਗੀ ਆ ਉਹ ਛੱਡੀ ਹੋਈ ਹੈ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਰੇ ਪੰਜਾਬ ਦੇ ਲੋਕ ਪਹੁੰਚੇ ਸੀ ਆਪਦੇ ਤੁਹਾਨੂੰ ਮੋਰਚੇ ਨੂੰ ਦੇਖ ਕੇ ਕੀ ਲੱਗ ਰਿਹਾ ਕਿ ਕਿਸ ਚੀਜ਼ ਦੀ ਘਾਟ ਹੈ ਜਾਂ ਕਿਸ ਚੀਜ਼ ਦੀ ਹਜੇ ਹੋਰ ਲੋੜ ਹੈ ਤਾਂ ਕਿ ਸਰਕਾਰ ਤੇ ਪ੍ਰੋਪਰ ਦਬਾਅ ਬਣਾਇਆ ਜਾ ਸਕੇ ਜਿੰਨਾ ਇਹ ਸ਼ਾਂਤਮਈ ਰਹੂਗਾ ਠੀਕ ਹੈ ਔਰ ਜਿੰਨੀ ਇਹਦੇ ਚ ਸਾਰੇ ਲੋਕਾਂ ਦੀ ਭਾਗੀਦਾਰੀ ਹੋਊਗੀ ਤਾਂ ਕਿਰਾ ਵਿਸ਼ਾਲ ਹੋਊਗਾ ਇਹ ਉਹਨਾਂ ਹੀ ਜਿਹੜਾ ਹੈਗਾ ਕਾਮਯਾਬ ਹੋਊਗਾ ਇੱਕ ਪਾਸੇ ਉਹ ਦਾਵਾ ਕਰਦੇ ਹੈਗੇ ਆ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੈਗੀ ਆ ਦੂਜੇ ਪਾਸੇ ਇੱਕ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੋਣ ਤੋਂ ਪਹਿਲੇ ਹੀ ਜਿਹੜਾ ਹੈਗਾ ਉਹ ਉਹ ਰੱਦ ਹੋ ਜਾਂਦਾ ਕਿਉਂਕਿ ਕਿ دہشت ਦੇ ਸائے ਹੇਠ ਆ ਜਾਂਦਾ ਹੈਗਾ ਹੁਣ ਪੰਜਾਬ 'ਚ ਤਾਂ ਇਹ ਲੱਗਦਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਇਹਦੇ ਬਿਲਕੁਲ ਆਪੋਜੀਟ ਚੀਜ਼ ਨੂੰ ਸਮਝ ਲਿਆ ਜਾਵੇ ਉਹ ਜਿਹੜੀ ਹੈਗੀ ਆ ਸਚਾਈ ਹੈ ਉਸ ਗੱਲ 'ਚ ਕੋਈ ਸੰਜੀਦਗੀ ਨਹੀਂ ਹੁੰਦੀ ਔਰ ਕੋਈ ਸੱਚਾਈ ਨਹੀਂ ਹੁੰਦੀਗੀ ਸਿਰਫ ਚੁਟਕਲੀਆਂ ਆ ਰਹੀਆਂ ਜਿਹੜੀਆਂ ਨੇ ਗੱਲਾਂ ਹੁੰਦੀਆਂ ਨੇ ਅਨਮੋਲ ਦੇ ਅਨਮਾਨ ਹੋਣ ਚਾਹੇ ਚੀਮਾ ਸਾਹਿਬ ਹੋਣ ਚਾਹੇ ਭਗਵਾਨ ਸਿੰਘ ਮਾਨ ਇਹ ਪਾਕਿਸਤਾਨ ਵਪਾਰ ਖੋਲਣ ਦੀਆਂ ਗੱਲਾਂ ਕਰਦੇ ਰਹੀ ਹੈ ਹੁਣ ਉਹਨਾਂ ਦਾ ਬਿਆਨ ਆਉਂਦਾ ਕਿ ਪਾਕਿਸਤਾਨ ਵਪਾਰ ਕਰਨ ਦਾ ਕੋਈ ਮਤਲਬ ਨਹੀਂ ਇਹ ਭਾਜਪਾ ਦੀ ਬੋਲੀ ਆ ਇਹ ਵਾਰ-ਵਾਰ ਸਾਬਤ ਕਰ ਰਹੇ ਕਿ ਅਸੀਂ ਉਹਨਾਂ ਦੀ ਬੀ ਟੀਮ ਹਾਂ ਸਾਨੂੰ ਤਾਂ ਕਿਤੇ ਕੋਲੋਂ ਤੇਲ ਬਾਲ ਕੇ ਵੀ ਰੇਤਾ ਸਸਤੀ ਮਿਲ ਨਹੀਂ ਰਹੀਗੀ ਤੋ ਐਡਾ ਵੱਡਾ ਜਿਹੜਾ ਝੂਠ ਬੋਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਰੇਤਾ ਸਸਤਾ ਕਰਤਾ 5.5 ਰੁਪਏ ਜਿਹੜਾ ਕਰਤਾ ਹੈਗਾ ਜਦੋਂ ਕੰਮ ਨਹੀਂ ਬੋਲਦਾ ਤੇ ਫਿਰ ਇਹਨਾਂ ਨੂੰ ਐ ਵੀ ਸ਼ਾਇਦ ਸਾਡੇ ਇਸ਼ਤਿਹਾਰ ਜਿਹੜੇ ਹੈਗੇ ਆ ਉਹ ਬੋਲਣ ਲੱਗ ਜਾਣ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਅੱਜ ਤੋਂ ਲਗਭਗ 1.5 ਤੋਂ 2 ਮਹੀਨੇ ਪਹਿਲਾਂ ਇੱਕ ਮਾਰਚ ਕੱਢੇ ਗਏ ਸੀ ਜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਉਸ ਤੋਂ ਬਾਅਦ ਜਿਹੜਾ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਮਹਾਲੀ ਵਿਖੇ ਪੱਕਾ ਮੋਰਚਾ ਲਗਾ ਲਿਆ ਜਾਂਦਾ ਹੈ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਕਰਤਿ ਕਿਸਾਨ ਯੂਨੀਅਨ ਇਸ ਮੋਰਚੇ ਨਾਲ ਸਹਿਮਤ ਹੈ ਕੀ ਉਹ ਮੋਰਚਾ ਜਾਇਜ਼ ਹੈ ਕੀ ਕਰਤਿ ਕਿਸਾਨ ਯੂਨੀਅਨ ਉਹਨਾਂ ਨੂੰ ਸਪੋਰਟ ਕਰੇਗੀ ਗੱਲਬਾਤ ਕਰਾਂਗੇ ਸਾਡੇ ਨਾਲ ਕਰਤਿ ਕਿਸਾਨ ਯੂਨੀਅਨ ਦੇ ਆਗੂ ਰਜਿੰਦਰਦੀਪ ਸਿੰਘ ਵਾਲਾ ਨੇ ਰਜਿੰਦਰ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਦੇਖਦੇ ਹੋ ਜੀ ਪਹਿਲਾਂ ਤੁਸੀਂ ਮਾਰਚ ਕੀਤਾ ਉਹਨਾਂ ਦੀ ਰਿਹਾਈ ਲਈ ਤੁਸੀਂ ਹੱਥਾਂ 'ਚ ਪੋਸਟਰ ਫੜ ਕੇ ਜਿੱਥੇ ਬੰਦੀ ਵੱਲੋਂ ਕਿਹਾ ਅਸੀਂ ਉਹਦਾ ਸਵਾਲ ਕੀਤਾ ਸੀ ਕਿ ਤੁਸੀਂ ਤੁਹਾਡੇ ਤੇ ਇੱਕ ਇਹ ਹੈ ਕਿ ਤੁਸੀਂ ਕਾਮਰੇਡ ਹੋ ਪਹਿਲਾਂ ਵੀ ਲਗਾਤਾਰ ਮੋਰਚਾ ਚੱਲਦਾ ਰਿਹਾ ਅਸੀਂ ਉਹ ਤੋਂ ਕਿਹਾ ਵੀ ਕਾਮਰੇਡ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਆ ਤੁਸੀਂ ਕਿਹਾ ਵੀ ਹਾਂ ਅਸੀਂ ਜੋ ਵੀ ਸਜ਼ਾ ਕੱਟ ਰਿਹਾ ਹੁਣ ਮੋਰਚਾ ਲੱਗਿਆ ਕੀ ਹੁਣ ਕਾਮਰੇਡ ਉੱਥੇ ਜਾਣਗੇ ਦੇਖੋ ਅਸੀਂ ਤਾਂ ਕੱਲ ਬਤੀ ਕਿਸਾਨ ਜਥੇਬੰਦੀਆਂ ਦਾ ਹਜ਼ਾਰਾਂ ਬੰਦਿਆਂ ਦਾ ਜਥਾ ਕੱਲ ਜਾ ਕੇ ਆਇਆ ਮੋਹਾਲੀ ਇਸ ਤੋਂ ਪਹਿਲਾਂ ਵੀ ਸਭ ਤੋਂ ਪਹਿਲਾਂ ਜਥਾ ਨਰਪਾਇ ਸਿੰਘ ਤੋਂ ਡੀ ਕੇ ਸਾਡੇ ਸੂਬਾ ਪ੍ਰਧਾਨ ਦੀ ਗਵਾਈ ਚ ਉੱਥੇ ਗਿਆ ਸਾਡਾ ਉੱਥੇ ਕਿਰਤੀ ਕਿਸਾਨੀ ਉਹਨਾਂ ਦਾ ਟੈਂਟ ਵੀ ਪੱਕਾ ਜਿਹੜਾ ਲੱਗਾ ਹੋਇਆ ਉੱਥੇ ਲਗਾਤਾਰ ਸਾਥੀ ਜਿਹੜੇ ਉਹ ਆ ਜਾ ਰਹੇ ਹੈਗੇ ਦੂਸਰਾ ਜਿੱਥੋਂ ਤੱਕ ਮਾਮਲਾ ਹੈਗਾ ਕਿ ਭਾਵੇਂ ਉਹ ਸਜ਼ਾਵਾਂ ਪੂਰੀ ਕਰ ਚੁੱਕੇ ਸਿੱਖ ਕੈਦੀ ਹੈ ਕੋਈ ਵੀ ਬੰਦਾ ਜਿਸ ਨੇ ਸਜ਼ਾ ਪੂਰੀ ਕਰ ਲਈ ਹੈਗੀ ਆ ਉਹਨੂੰ ਜੇਲ੍ਹ ਚ ਰੱਖਣਾ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ ਜਿਹੜੇ ਬੰਦੇ ਕਈ ਵਾਰੀ ਇਹਨੂੰ ਵਿਚਾਰਧਾਰਾਵਾਂ ਦਾ ਟਕਰਾਅ ਬਣਾਉਂਦੇ ਹੈਗੇ ਇਹ ਮਾਮਲਾ ਵਿਚਾਰਧਾਰਾਵਾਂ ਦੇ ਟਕਰਾਵਾਂ ਤੋਂ ਗਾਂ ਵਧ ਕੇ ਇਹ ਜਿਹੜਾ ਜਮਹੂਰੀ ਹੱਕਾਂ ਦਾ ਹੈਗਾ ਕਿ ਅੱਜ ਇਸ ਮੁਲਕ ਦੇ ਵਿੱਚ ਜਿਹੜੇ ਬੰਦੇ ਸਜ਼ਾ ਪੂਰੀ ਕਰ ਚੁੱਕੇ ਆ ਅਲੱਗ-ਅਲੱਗ ਪ੍ਰਵਾਸਵਾਂ ਨੇ ਕਿਸੇ ਦੀ ਉਮਰ ਕਹੇ 14 ਸਾਲ ਦੀ ਕਿਸੇ 28 ਸਾਲ ਦੀ ਕਿਸੇ ਦੀ ਵੀ ਆਖਰੀ ਸਾਹਾਂ ਤੱਕ ਔਰ ਇਹ ਸਿਰਫ ਕਾਨੂੰਨ ਦੇ ਮੁਤਾਬਕ ਨਹੀਂ ਸਿਆਸੀ ਤਰੀਕੇ ਦੇ ਨਾਲ ਸਰਕਾਰਾਂ ਇਹਦੇ ਤੇ ਫੈਸਲਾ ਕਰਦੀਆਂ ਨੇ ਜਦੋਂ ਮਰਜ਼ੀ ਕਿਸੇ ਬੰਦੇ ਨੂੰ ਪੰਨੇ ਉਹ ਬਲਾਤਕਾਰੀ ਆ ਕਾਤਲਾ ਉਹਨੂੰ ਜਿਹੜਾ ਜੇਲ੍ਹ ਚੋਂ ਕੱਢਿਆ ਜਾ ਸਕਦਾ ਉਹਨੂੰ ਪੈਰੋਲ ਦਿੱਤੀ ਜਾ ਸਕਦੀ ਆ ਦੂਜੇ ਪਾਸੇ ਜਿਹੜੇ ਸਿੱਖ ਕਈ ਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਕਈ ਕੀ ਸਾਲ ਉੱਪਰ ਲੰਘ ਗਏ ਫਿਰ ਵੀ ਨਹੀਂ ਛੱਡੇ ਜਾ ਰਹੇਗੇ ਇਸ ਕਰਕੇ ਇਹ ਇਹ ਮਸਲਾ ਸਿਰਫ ਸਿੱਖਾਂ ਦਾ ਜਾਂ ਸਿਰਫ ਕਮਿਊਨਿਸਟਾਂ ਦਾ ਨਹੀਂ ਇਹ ਹਰ ਮਸਲਾ ਹਰ ਉਸ ਬੰਦੇ ਦਾ ਜਿਹੜਾ ਇਹ ਚਾਹੁੰਦਾ ਕੇ ਹੱਕ ਸੱਚ ਇਨਸਾਫ ਹੋਣਾ ਚਾਹੀਦਾ ਧੱਕਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਇਸ ਗਲਤੀ ਸਾਰਿਆਂ ਨੂੰ ਜਿਹੜਾ ਹੈਗਾ ਉਹ ਖੜਨਾ ਚਾਹੀਦਾ ਤੇ ਸਾਰਿਆਂ ਨੂੰ ਇਸ ਗਲ ਤੇ ਆਵਾਜ਼ ਜਿਹੜੀ ਉਠਾਉਣੀ ਚਾਹੀਦੀ ਆ ਕਿ ਜਿਹੜੇ ਜਿਹੜਾ ਬੰਦਾ ਸਜ਼ਾ ਪੂਰੀ ਕਰ ਚੁੱਕਿਆ ਉਹ ਜੇਲ੍ਹ ਤੋਂ ਬਾਹਰ ਹੋਣਾ ਚਾਹੀਦਾ ਉਹਦੀ ਵਿਚਾਰਧਾਰਾ ਭਾਵੇਂ ਕੋਈ ਵੀ ਹੋਵੇ ਕੋਈ ਵੀ ਹੋਵੇ ਜਿਵੇਂ ਵਾਰ-ਵਾਰ ਇਹ ਗੱਲ ਚੱਲਦੀ ਆ ਕਿ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਰੇ ਪੰਜਾਬ ਦੇ ਲੋਕ ਪਹੁੰਚੇ ਸੀ ਆਪਦੇ ਹੁਣ ਕੌਮੀ ਜਿਹੜਾ ਇਨਸਾਫ ਮੋਰਚਾ ਲੱਗਿਆ ਤੁਹਾਨੂੰ ਤੁਹਾਨੂੰ ਉਸ ਮੋਰਚੇ ਨੂੰ ਜਿਵੇਂ ਤੁਸੀਂ ਕਹੇ ਤੁਹਾਡੀ ਜਥੇਬੰਦੀ ਆਗੂ ਵੀ ਗਿਆ ਤੁਹਾਨੂੰ ਮੋਰਚੇ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਕਿ ਕਿਸ ਚੀਜ਼ ਦੀ ਘਾਟ ਹੈ ਜਾਂ ਕਿਸ ਚੀਜ਼ ਦੀ ਹਜੇ ਹੋਰ ਲੋੜ ਹੈ ਤਾਂ ਕਿ ਸਰਕਾਰ ਤੇ ਪ੍ਰੋਪਰ ਦਬਾਅ ਬਣਾਇਆ ਜਾ ਸਕੇ ਨਹੀਂ ਇਸ ਤਰ੍ਹਾਂ ਦੀ ਤਾਂ ਅਸੀਂ ਕੋਈ ਨਹੀਂ ਟਿੱਪਣੀ ਕਰਨੀ ਚਾਹਾਂਗੇ ਵੀ ਕੀ ਘਾਟ ਹੈਗਾ ਸੜੀ ਤਾਂ ਸਿਰਫ ਕਿਉਂਕਿ ਅਗਵਾਈ ਉਹ ਕਰ ਰਹੇ ਚਲਾਉ ਰਹੇ ਅਸੀਂ ਤਾਂ ਸਿਰਫ ਉਹਨਾਂ ਦੀ ਬਾਹਰੋਂ ਹਮਾਇਤ ਕਰ ਰਹੇ ਹੈਗੇ ਆ ਇਸ ਕਰਕੇ ਸਾਡਾ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਕਰਨੀਆਂ ਉਹ ਵਾਜਬ ਨਹੀਂ ਹੈਗਾਗਾ ਤੇ ਅਸੀਂ ਤਾਂ ਇੱਕ ਭਰਾਤਰੀ ਤੌਰ ਤੇ ਜਿਹੜੀ ਇਹ ਸਲਾਹ ਜਿਹੜੀ ਹੈਗੀ ਕੱਲ ਵੀ ਦਿੱਤੀ ਕਿ ਜਿੰਨਾ ਇਹ ਜਾਗਤਾਬਦ ਰਹੂਗਾ ਜਿੰਨਾ ਇਹ ਸ਼ਾਂਤਮਈ ਰਹੂਗਾ ਠੀਕ ਆ ਔਰ ਜਿੰਨੀ ਇਹਦੇ ਚ ਸਾਰੇ ਲੋਕਾਂ ਦੀ ਭਾਗੀਦਾਰੀ ਹੋਊਗੀ ਤਾਂ ਘੇਰਾ ਵਿਸ਼ਾਲ ਹੋਊਗਾ ਇਹ ਉਹਨਾਂ ਹੀ ਜਿਹੜਾ ਹੈਗਾ ਕਾਮਯਾਬ ਹੋਊਗਾ ਇਹ ਗੱਲ ਮੰਨਣੀ ਨਾ ਮੰਨਣੀ ਇਹ ਮੋਰਚੇ ਦੀ ਜਿਹੜੀ ਲੀਡਰਸ਼ਿਪ ਆ ਇਹ ਉਹਨੇ ਦੇਖਣਾ ਹੈਗਾ ਇਹ ਉਹਨਾਂ ਅਧਿਕਾਰ ਕੀ ਤਰ੍ਹਾਂ ਅਸੀਂ ਸਿਰਫ ਉਹਨਾਂ ਦੀ ਜਿਹੜੀ ਹੈਗੀ ਹੈ ਹਮਾਇਤ ਉਹ ਕਰ ਰਹੇ ਹੈਗੇ ਆ ਸਰਕਾਰ ਦੀ ਗੱਲ ਕਰਦੇ ਆਪਾਂ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਵੱਲੋਂ ਬਿਆਨ ਆਇਆ ਉਹੀ ਮਨਦੀ ਸਿੰਘਾਂ ਤੇ ਪ੍ਰਕਾਸ਼ ਸਿੰਘ ਬਾਦਲ ਸਾਈਨ ਕਰ ਰਹੇ ਸੀ ਉਹਨਾਂ ਦੀ ਰਿਹਾਈ ਲਈ ਜੋ ਐਸਜੀਪੀਸੀ ਨੇ ਮਹਿੰਮ ਚਲਾਈ ਹੈ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਆ ਕਹਿੰਦੇ ਜਦੋਂ ਸੈਨਾ ਦੀ ਲੋੜ ਸੀ ਉਦੋਂ ਤੁਸੀਂ ਕੀਤੇ ਨਹੀਂ ਹੁਣ ਤੁਸੀਂ ਸਾਈਨ ਕਰੀ ਜਾਂਦੇ ਹੋ ਇੱਕ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਦੂਜੀ ਗੱਲ ਇੱਥੋਂ ਇਹ ਵੀ ਨਿਕਲ ਕੇ ਆਉਂਦੀ ਹੈ ਕਿ ਜੇ ਮੁੱਖ ਮੰਤਰੀ ਦੇ ਸਾਈਨਾਂ ਚ ਜਾਂ ਮੁੱਖ ਮੰਤਰੀ ਕੋਈ ਪਾਵਰ ਹੈ ਤਾਂ ਕੀ ਭਗਵੰਤ ਮਾਨ ਨੂੰ ਪਾਵਰ ਵਰਤਣੀ ਹੁਣ ਆਪ ਵਰ ਬਿਲਕੁਲ ਜੀ ਵਰਤਣੀ ਚਾਹੀਦੀ ਹੈ ਜੇ ਕੋਈ ਬੰਦਾ ਸਜ਼ਾ ਪੂਰੀ ਕਰ ਚੁੱਕਾ ਹੈਗਾ ਸਿਰਫ ਬੀਤੇ ਦੀਆਂ ਗੱਲਾਂ ਕਰੀ ਜਾਣੀਆਂ ਕਿ ਉਦੋਂ ਉਹਨੇ ਆ ਕੀਤਾ ਜਿਉ ਉਹਨੇ ਆ ਕੀਤਾ ਇਹਦਾ ਮਤਲਬ ਤੁਸੀਂ ਵੀ ਉਹੀ ਕਰਨਾ ਵੀ ਜੇ ਤੁਸੀਂ ਕਹਿੰਦੇ ਆ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੇ ਸੈਨਾ ਚ ਤਾਕਤ ਸੀ ਉਹਨਾਂ ਨੇ ਉਹ ਸੈਨਾ ਦੀ ਤਾਕਤ ਵਰਤੀ ਨਹੀਂ ਇਹਦਾ ਮਤਲਬ ਜੇ ਅੱਜ ਤੁਹਾਡੇ ਸੈਨਾ ਚ ਤਾਕਤ ਹੈਗੀ ਆ ਤੁਸੀਂ ਉਹਨਾਂ ਦੇ ਸੈਨਾ ਦੀ ਤਾਕਤ ਕਿਉਂ ਨਹੀਂ ਵਰਤ ਰਹੇਗੇ ਜਦੋਂ ਤੁਹਾਡੇ ਸੈਨਾ ਚ ਤਾਕਤ ਨਾ ਰਹੀ ਉਹ ਤਾਂ ਪਤਾ ਹੀ ਨਹੀਂ ਰਣੀ ਹਮੇਸ਼ਾ ਤੇ ਫਿਰ ਇਹਦਾ ਮਤਲਬ ਉਦੋਂ ਤੁਸੀਂ ਇਹ ਗੱਲਾਂ ਕਰੋਗੇ ਜਦੋਂ ਤੁਹਾਡੇ ਸਾਈਨਾਂ 'ਚ ਤਾਕਤ ਨਹੀਂ ਸੀ ਉਦੋਂ ਭਗਵੰਤ ਮਾਨ ਸਾਹਿਬ ਇਹ ਗੱਲਾਂ ਕਰਦੇ ਰਹੇਗੇ ਆ ਤੇ ਅੱਜ ਜਦੋਂ ਉਹਨਾਂ ਦੇ ਸਾਈਨਾਂ 'ਚ ਤਾਕਤ ਆਈ ਹੈਗੀ ਤੇ ਇਸ ਕਰਕੇ ਉਹਨਾਂ ਨੂੰ ਇਸ ਪਾਸੇ ਗੱਲ ਜਿਹੜੀ ਹੈਗੀ ਆ ਕਰਨੀ ਚਾਹੀਦੀ ਆ ਇਹ ਇਸ ਮੁਲਕ ਦੇ ਰਾਸ਼ਟਰਪਤੀ ਦੇ ਨਾਲ ਜਿਸ ਵੀ ਜਗਾ ਤੇ ਜਾ ਕੇ ਇਸ ਨੂੰ ਟੇਕ ਅਪ ਕਰ ਸਕਦੇ ਕਰਨਾ ਚਾਹੀਦਾ ਔਰ ਇਹ ਪੁੱਛਣਾ ਚਾਹੀਦਾ ਸਰਕਾਰ ਤੋਂ ਜਵਾਬ ਲੈਣਾ ਚਾਹੀਦਾ ਕਿਉਂਕਿ ਕੁਝ ਮਹੀਨੇ ਪਹਿਲੇ ਪਾਰਲੀਮੈਂਟ 'ਚ ਇਹ ਗੱਲ ਉੱਠੀ ਔਰ ਉਹਦੇ ਤੇ ਕੇਂਦਰ ਦੇ ਮੰਤਰੀ ਨੇ ਜਵਾਬ ਦਿੰਦੇ ਆ ਇਹ ਕਿਹਾ ਕਿ ਅਸੀਂ ਇਹ ਗੱਲ ਸੂਬਿਆਂ ਦੇ ਉੱਪਰ ਜਿਹੜੀ ਹੈਗੀ ਆ ਉਹ ਛੱਡੀ ਹੋਈ ਹੈਗੀ ਆ ਇਸ ਕਰਕੇ ਪੰਜਾਬ ਜਿਹੜੀ ਸੂਬਾ ਸਰਕਾਰ ਆ ਉਹ ਦੇਖੇ ਕਿ ਜਿਹੜਾ ਬੰਦਾ ਸਜ਼ਾ ਪੂਰੀ ਕਰ ਚੁੱਕਾ ਹੈਗਾ ਉਹਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਹੈਗਾ ਉਹਨੂੰ ਕਿਉਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਾ ਰਿਹਾ ਹੈਗਾ ਇਹ ਮਹਾਲੀ ਦੇ ਵਿੱਚ ਮੋਰਚਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਸੂਬਾ ਹੈਗਾ ਉਹਨਾਂ ਦੇ ਅਧਿਕਾਰ ਖੇਤਰ ਚੋਂ ਦਾ ਉੱਥੇ ਜੇ ਕੋਈ ਗੱਲ ਲੋਕ ਆਵਾਜ਼ ਉਠਾਰੇਗਾ ਉਹਨਾਂ ਦੀ ਆਵਾਜ਼ ਸੁਣੀ ਜਾਵੇ ਔਰ ਉਹਨੂੰ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਕੀਤੀ ਜਾਵੇ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੀ ਬਣਦੀ ਹੈਗੀ ਹੈ ਪੰਜਾਬ ਵਿੱਚ ਸਰਕਾਰ ਦਾਵਾ ਕਰ ਰਹੀ ਹੈ ਕਿ ਤੇ ਇੱਕ ਕੱਲ ਜਾਂ ਪਰਸੋਂ ਭਗਵੰਤ ਸਿੰਘ ਮਾਨ ਨੇ ਇੱਕ ਪੋਸਟ ਪਾਈ ਹੈ ਕਿ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਬਿਹਤਰ ਹੋਈ ਹੈ ਇੱਕ ਸਾਲ ਦੇ ਵਿੱਚ ਬਹੁਤ ਲੋਕਾਂ ਦੇ ਜਿਹੜਾ ਕ੍ਰਾਈਮ ਹੈ ਕੰਟਰੋਲ ਦੇ ਵਿੱਚ ਆਇਆ ਇੱਥੇ ਕੀ ਤੁਹਾਨੂੰ ਲੱਗਦਾ ਸਾਰੇ ਇੱਕ ਸਾਲ ਦੇ ਵਿੱਚ ਜਿਹੜੀ ਹੈ ਇੱਕ ਸਾਲ ਤਕਰੀਬ ਦਾ ਸਮਾਂ ਹੋਣ ਵਾਲਾ ਸਰਕਾਰ ਦੇਖੋ ਇਸ ਸਰਕਾਰ ਦੀ ਵੈਸੇ ਤਾਂ ਜਿਹੜੇ ਕਹਿੰਦੇ ਨੇ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਜਾਂ ਇਸ ਮੁਲਕ ਦੇ ਬੜੇ ਵਧੀਆ ਬਹੁਤ ਸ਼ਾਨਦਾਰ ਕਮੇਡੀਅਨ ਰਹੇ ਹੈਗੇ ਆ ਔਰ ਜਿਹੜਾ ਵਿਅੰਗ ਹੁੰਦਾ ਉਹ ਹਮੇਸ਼ਾ ਦਖਾਂਤ ਚੋਂ ਪੈਦਾ ਹੁੰਦਾ ਹੂੰ ਜਿਹੜੀ ਦਖਾਂਤ ਵਾਲੀ ਹਸਲ ਚ ਗੱਲ ਬੜੀ ਹਸ ਉਹਨ ਦੁੱਖ ਵਾਲੀ ਹੁੰਦੀ ਆ ਪਰ ਉਹਦੇ ਤੇ ਲੋਕੀ ਹੱਸਦੇ ਆ ਜਿਵੇਂ ਟਟੀਆਂ ਸੜਕਾਂ ਦੇ ਛੋਟਕਲੇ ਬਣ ਹੈ ਤਾਂ ਦਖਾਂਤ ਪਰ ਉਹ ਜਿਹੜਾ ਹੈਗਾ ਉਹ ਵਿਅੰਗ ਵਿਅੰਗ ਬਣ ਜਾਂਦਾ ਹੈਗਾ ਦਖਾਂਤ ਚ ਜਿਹੜਾ ਹੈਗਾ ਉਹ ਵਿਅੰਗ ਨਿਕਲਦਾ ਤੇ ਪੰਜਾਬ ਸਰਕਾਰ ਦਾ ਦਖਾਂਤ ਇਹ ਆ ਕਿ ਇਹਨਾਂ ਦੀ ਸਾਰੀ ਗੱਲਬਾਤ ਹੀ ਵਿਅੰਗ ਦੇ ਵਿੱਚ ਸਿਰਫ ਉਹ ਕੋਈ ਉਸ ਗੱਲ ਨੂੰ ਕੁਝ ਸਮਝਦਾ ਹੀ ਨਹੀਂ ਇਹ ਗੱਲ ਕੋਈ ਸੰਜੀਦਾ ਕੀਤੀ ਜਾ ਰਹੀ ਹੈ ਉਸ ਗੱਲ 'ਚ ਕੋਈ ਸੰਜੀਦਗੀ ਨਹੀਂ ਹੁੰਦੀ ਔਰ ਕੋਈ ਸਚਾਈ ਨਹੀਂ ਹੁੰਦੀਗੀ ਸਿਰਫ ਚੁਟਕਲੇ ਆ ਰਗੀਆਂ ਜਿਹੜੀਆਂ ਨੇ ਗੱਲਾਂ ਹੁੰਦੀਆਂ ਨੇ ਇੱਕ ਪਾਸੇ ਉਹ ਦਾਵਾ ਕਰਦੇ ਹੈਗੇ ਆ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੈਗੀ ਆ ਦੂਜੇ ਪਾਸੇ ਇੱਕ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਰੱਦ ਹੋ ਜਾਂਦਾ ਕਿਉਂਕਿ ਕਿ دہشت ਦੇ ਸائے ਹੇਠ ਉਹ ਆ ਜਾਂਦਾ ਹੈਗਾ ਇਸੇ ਤਰ੍ਹਾਂ ਮਾਨ ਸਾਹਿਬ ਨੇ ਦਾਵਾ ਕੀਤਾ ਕਿ ਜਿਹੜੀ ਰੇਤ ਆ ਵੀ ਰੇਤ ਦੇ ਖੱਡੇ ਅਸੀਂ ਜਿਹੜੇ ਹੈਗੇ ਆ ਖੋਲਤੇ ਆ ਵੀ ਅਸੀਂ 5.5 ਰੁਪਏ ਫੁੱਟ ਜਿਹੜੀ ਹੈਗੀ ਆ ਰੇਤ ਉਹ ਦੇਵਾਂਗੇ ਹੁਣ ਮੰਨ ਲਓ ਜੇ ਕੋਈ ਟਰਾਲੀ ਆ 12 ਫੁੱਟ ਲੰਮੀ ਟਰਾਲੀ ਆ ਤੇ 5 ਫੁੱਟ ਚੌੜੀ ਆ 60 ਫੁੱਟ ਹੋ ਗਈ ਤੇ ਜੇ 2 ਫੁੱਟ ਰੇਤ ਭਰਨੀ ਆ ਤੇ ਕਿੰਨੀ ਹੋ ਗਈ 120 ਫੁੱਟ ਹੋ ਗਈ 120 ਫੁੱਟ ਨੂੰ 550 ਤੇ ਕਰ ਲਓ ਤਾਂ ਇਹਦਾ ਮਤਲਬ ਆ ਕਿ ਜਿਹੜੀ ਰੇਤੇ ਦੀ ਟਰਾਲੀ ਆ ਉਹ ਤਾਂ 1000 ਰੁਪਏ ਤੋਂ ਵੀ ਘੱਟ ਬਣਦੀ ਹੈਗੀ ਆ ਮੈਂ ਕੱਦ ਕੱਲ 5 5000 ਦੀ ਟਰਾਲੀ ਜਿਹੜੀ ਹੈਗੀ ਆ ਰੇਤੇ ਦੀ ਉਹ ਮਹਗਾਈ ਹੈਗੀ ਆ ਸਾਨੂੰ ਤਾਂ ਕਿਤੇ ਕੋਲੋਂ ਤੇਲ ਬਾਲ ਕੇ ਵੀ ਇਹ ਰੇਤਾ ਸਸਤੀ ਮਿਲ ਨਹੀਂ ਰਹੀਗੀ ਤਾਂ ਐਡਾ ਵੱਡਾ ਜਿਹੜਾ ਝੂਠ ਬੋਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਰੇਤਾ ਸਸਤਾ ਕਰਤਾ 5.5 ਰੁਪਏ ਜਿਹੜਾ ਕਰਤਾ ਹੈਗਾ ਔਰ ਇਹ ਲੋਕ ਜਿਹੜੀ ਹੈ ਮੈਨੂਅਲ ਲੇਬਰ ਲੱਗੂਗੀ ਕਈਆਂ ਨਾਲ ਲੱਦ ਕੇ ਲਿਆਉਣਗੇ ਜੀਸੀਬੀ ਜਿਹੜੀ ਹੈਗੀ ਆ ਉਹ ਨਹੀਂ ਚੱਲੂਗੀ ਹੁਣ ਮੈਂ ਇੱਥੇ ਅਸੀਂ ਸਾਡੀ ਜਥੇਬੰਦੀ ਦੀ ਮੀਟਿੰਗ ਕਰਾਉਣ ਆਇਆ ਮੈਂ ਤੁਹਾਡੇ ਜੈ ਜੈਤੋ ਦੇ ਵਿੱਚ ਰਾਜ ਤਿੰਨ ਟਿਪਰ ਤਾਂ ਮੈਨੂੰ ਮਿਲੇ ਹੈਗੇ ਪਾਣੀ ਚੋਂਦਾ ਆਉਂਦਾ ਉਹ ਕਹਿੰਦੇ ਟਰਾਲੀਆਂ ਨਾਲ ਰੇਤਾ ਢੋਣਾ ਹੈਗਾ ਤਾਂ ਕਿਹੜੀ ਗੱਲ ਨੂੰ ਭਗਵੰਤਮਾਨ ਸਾਹਿਬ ਦੀ ਨੂੰ ਸੱਚ ਮੰਨੀਏ ਚੁਟਕਲਿਆਂ ਵਰਗੀਆਂ ਗੱਲਾਂ ਨੇ ਸਿਰਫ ਕੁਛੇ ਗੱਲ 'ਚ ਕੋਈ ਸੱਚਾਈ ਜਿਹੜੀ ਹੈਗੀ ਨਜ਼ਰ ਨਹੀਂ ਆਉਂਦੀਗੀ ਹੁਣ ਪੰਜਾਬ 'ਚ ਤਾਂ ਇਹ ਲੱਗਦਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਇਹਦੇ ਬਿਲਕੁਲ ਆਪੋਜੀਟ ਚੀਜ਼ ਨੂੰ ਸਮਝ ਲਿਆ ਜਾਵੇ ਉਹ ਜਿਹੜੀ ਹੈਗੀ ਆ ਸੱਚਾਈ ਹੁੰਦੀ ਹੈ ਉਹ ਸੱਚਾਈ ਹੂੰ ਜੀ ਅਕੇ ਇੱਕ ਪਹਿਲਾ ਜੋ ਸਰਕਾਰ ਨੇ ਬਣੀ ਸੀ ਇਹਨਾਂ ਦੇ ਮੰਤਰੀ ਚਾਹੇ ਹੁਣ ਅਨਮੋਲ ਗਗਨਮਾਨ ਹੋਣ ਚਾਹੇ ਚੀਮਾ ਸਾਹਿਬ ਹੋਣ ਚਾਹੇ ਭਗਵਾਨ ਸਿੰਘ ਮਾਨ ਇਹ ਪਾਕਿਸਤਾਨ ਆਪਾਰ ਖੋਲਣ ਦੀਆਂ ਗੱਲਾਂ ਕਰਦੇ ਰਹੇ ਆ ਹੁਣ ਉਹਨਾਂ ਦਾ ਬਿਆਨ ਆਉਂਦਾ ਕਿ ਪਾਕਿਸਤਾਨ ਆਪਾਰ ਕਰਨ ਦਾ ਕੋਈ ਮਤਲਬ ਨਹੀਂ ਇਹ ਬਿਆਨ ਨੂੰ ਤੁਸੀਂ ਕੀ ਦੇਖਦੇ ਹੋ ਤੇ ਕੀ ਜੇ ਪਾਕਿਸਤਾਨ ਆਪਾਰ ਕਰਨਾ ਪੰਜਾਬ ਨੂੰ ਨੁਕਸਾਨ ਹੈ ਮੈਂ ਤੇ ਦੋ ਟਿੱਪਣੀਆਂ ਕਰਨੀ ਚਾਹੂੰਗਾ ਤੁਸੀਂ ਅਨਮੋਲ ਗਗਨਮਾਨ ਜੀ ਦਾ ਨਾਮ ਲਿਆ ਹਾਂਜੀ ਫਿਰੋਜ਼ਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਇੱਕ ਗੁਪਤ ਟਿਕਾਣਾ ਜੀ ਪਗ ਸਿੰਘਰ ਦੀ ਪਾਰਟੀ ਦਾ ਗੁਪਤ ਹੈੱਡ ਕੁਆਰਟਰ ਸੀ ਉਹ ਉੱਥੇ ਸਾਂਡਰਸ ਨੂੰ ਮਾਰਨ ਵਾਸਤੇ ਜਿਹੜੀ ਸੀ ਉਹ 에어 ਪਿਸਟਲ ਦੇ ਨਾਲ ਪਗ ਸਿੰਘ ਉਹ ਰੀ ਟ੍ਰੇਨਿੰਗ ਜਿਹੜੀ ਸੀ ਕਰਦੇ ਰਹਿ ਸ਼ਿਵ ਵਰਮਾ ਨੇ ਉੱਥੇ ਦਰਜਨਾ ਸ਼ੀਦਾਂ ਦੀਆਂ ਜਿਹੜੀਆਂ ਸੀ ਉਹ ਜਿਹੜੀਆਂ ਜੀਵਨੀਆਂ ਅਸੀਂ ਲਿਖੀਆਂ ਦਰਜਨਪਰ ਕ੍ਰਾਂਤੀਕਾਰੀ ਜਿਹੜੀ ਉੱਥੇ ਆਉਂਦੇ ਰਹੇ ਡਾਕਟਰ ਗਾਇਆ ਪ੍ਰਸਾਦ ਉੱਥੇ ਰਹੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਚੰਦਰਸ਼ੇਖਰ ਯਾਦ ਉੱਥੇ ਆਉਂਦੇ ਰਹੇ ਸੁਖਦੇਵ ਉੱਥੇ ਆਉਂਦਾ ਰਿਹਾ ਹੈਗਾ ਭਾਰਤ ਦੇ ਇਨਕਲਾਬੀ ਇਤਿਹਾਸ ਦੀਆਂ ਬਹੁਤ ਸਾਰੀਆਂ ਯਾਦਗਾਰਾਂ ਉਸ ਇਮਾਰਤ ਦੇ ਨਾਲ ਜੁੜੀਆਂ ਹੋਈਆਂ ਔਰ ਉਹਨੂੰ 2015 ਚ ਇਹਦਾ ਇਤਿਹਾਸਿਕ ਇਮਾਰਤ ਮੰਨ ਲਿਆ ਪੰਜਾਬ ਸਰਕਾਰ ਨੇ ਸਾਖਤ ਕਰਤਾ ਇਤਿਹਾਸ ਕਰਕੇਸ਼ ਕੁਮਾਰ ਨੇ ਕਿ ਇਹ ਉਹੀ ਇਤਿਹਾਸਕ ਟਿਕਾਣਾ ਜਿੱਥੇ ਭਗਤ ਸਿੰਘ ਹੋਰੀ ਰਹਿੰਦੇ ਰਹੇ ਹੈਗੇ ਦਰਜਨਪਰ ਕ੍ਰਾਂਤੀਕਾਰੀ ਰਹਿੰਦੇ ਰਹੇ ਔਰ ਉਹਦੇ ਤੇ ਅੱ अच्छा भाग सिंह ਦੇ ਉਸ ਗੁਪਤ ਟਿਕਾਣੇ ਤੇ ਨਜਾਇਜ਼ ਕਬਜ਼ਾ 8 ਸਾਲ ਹੋ ਗਏ ਪੰਜਾਬ ਸਰਕਾਰ ਨੇ ਉਹ ਤੋਂ ਨਜਾਇਜ਼ ਕਬਜ਼ਾ ਨਹੀਂ ਛਡਾਇਆਗਾ ਪਿਛਲੀ ਸਰਕਾਰ ਨੇ ਔਰ ਇਹ ਸਰਕਾਰ ਅਨਮੋਲ ਗਗਨਮਾਨ ਦੇ ਅਧੀਨ ਉਹ ਉਹ ਕੰਮ ਆਉਂਦਾ ਹੈਗਾ ਉਹਨਾਂ ਦਾ ਮੰਤਰਾਲਾ ਉਹ ਤੇ ਨੌਜਵਾਨ ਭਾਰ ਸਭਾ ਇੱਕ ਜਥੇਬੰਦੀ ਕਈ ਮਹੀਨੇ ਦੀ ਕੈਂਪੇਨ ਚਲਾ ਰਹੀ ਆ ਤੇ ਕਈ ਮਹੀਨੇ ਹੋ ਗਏ ਤੇ ਅਨਮੋਲ ਗਗਨਮਾਨ ਜੀ ਮਿਲਣ ਦਾ ਸਮਾਂ ਨਹੀਂ ਦੇ ਰਹੇਗੇ ਜਿਹੜੀ ਭਗਤ ਸਿੰਘ ਦੇ ਨਾਂ ਤੇ ਸਰਕਾਰ ਬਣੀ ਉਹ ਭਗਤ ਸਿੰਘ ਦੇ ਇੱਕ ਰੋਲਰ ਐ ਟਿਕਾਣੇ ਨੂੰ ਸਾਂਭਣਾ ਉਥੇ ਅਜਾਇਬ ਘਰ ਬਣਾਵੇ ਕੋਈ ਲਾਇਬ੍ਰੇਰੀ ਬਣਾਵੇ ਖੋਲੇ ਸਾਡੀ ਨੌਜਵਾਨ ਪੀੜ੍ਹੀ ਵਾਸਤੇ ਲੋਕਾਂ ਵਾਸਤੇ ਕਿ ਇਹ ਉਹ ਟਿਕਾਣਾ ਜਿੱਥੇ ਬੈਠ ਕੇ ਭਗਤ ਸਿੰਘ ਹੋਰੀ ਇਸ ਮੁਲਕ ਨੂੰ ਇੱਕ ਸੋਹਣਾ ਸਮਾਜ ਬਣਾਉਣ ਦੀ ਉਹ ਜਿਹੜਾ ਸੀਗਾ ਤਸੱਵਰ ਕਰਦੇ ਰਹੇ ਕਿ ਇਸ ਤਰ੍ਹਾਂ ਦਾ ਸਮਾਜ ਬਣਾਉਣਾ ਉਹ ਇਮਾਰਤ ਨਹੀਂ ਹੈ ਉਹ ਸ਼ੀਦਾਂ ਦਾ ਸੁਪਨਾ ਉਹ ਸ਼ੀਦਾਂ ਦੇ ਸੁਪਨੇ ਤੇ ਖੇ ਦਾ ਨਜਾਇਜ਼ ਕਬਜ਼ਾ ਹੋਇਆ ਉਹ ਜਗ੍ਹਾ ਜਿੱਥੇ ਬੈਠ ਕੇ ਉਹਨਾਂ ਨੇ ਸੋਚਿਆ ਕਿ ਕਿੱਦਾਂ ਦਾ ਮੁਲਕ ਬਣਾਉਣਾ ਅਸੀਂ ਕਿਸ ਤਰ੍ਹਾਂ ਦਾ ਆਜ਼ਾਦ ਭਾਰਤ ਬਣਾਉਣਾ ਜਿੱਥੇ ਇੱਥੋਂ ਦਾ ਮਿਹਨਤ ਕਸ਼ ਬੰਦਾ ਭੁੱਖਾ ਨਾ ਮਰੇ ਤੇ ਅੱਜ ਜਦੋਂ ਰਲ ਰਿਹਾ ਉਹ ਤੇ ਨਜਾਇਜ਼ ਕਬਜ਼ਾ ਉਹਨੂੰ ਛਡਾਉਣਾ ਦੂਰ ਦੀ ਗੱਲ ਅਜਾਇਬ ਘਰ ਬਣਾਉਣਾ ਦੂਰ ਦੀ ਗੱਲ ਉਹਦੇ ਤੇ ਅਨਮੋਲ ਗਗਨ ਮਾਨ ਜੀ ਮਿਲਣ ਦਾ ਸਮਾਂ ਨਹੀਂ ਦੇਣਾ ਚਾਹੁੰਦੇ ਲੋਕਾਂ ਨੂੰ ਕਿ ਉਹਦੇ ਤੇ ਗੱਲ ਹੀ ਸੁਣ ਲੈਣ ਕਿ ਕੀ ਮਸਲਾ ਹੈਗਾ ਇਹ ਭਗਤ ਸਿੰਘ ਦੇ ਨਾਂ ਤੇ ਬਣੀ ਸਰਕਾਰ ਦੀ ਜਿਹੜੀ ਆ ਉਹ ਹਾਲਤਾ ਜਿਹੜੇ ਭਗਤ ਸਿੰਘ ਦੇ ਨਾਂ ਤੇ ਕੰਨ ਦੇ ਕੇ ਅਸੀਂ ਖੜਕੜ ਕਲਾਂ ਸੌਂ ਖਾਧੀ ਅਸੀਂ ਬਸੰਤੀ ਪੱਗਾਂ ਮੰਨਦੇ ਆ ਫੋਟੋਆਂ ਲਵਾਤੀਆਂ ਤੇ ਦੂਜੇ ਪਾਸੇ ਜਿੱਥੇ ਉਹ ਤਾਂ ਫੋਟੋਆਂ ਲੱਗੀਆਂ ਨੇ ਜਿੱਥੇ ਭਗਤ ਸਿੰਘ ਖੁਦ ਰਹਿਦਾ ਰਿਹਾ ਉਸ ਇਮਾਰਤ ਤੇ ਨਜਾਇਜ਼ ਕਬਜ਼ਾ ਹੋਵੇ ਤੇ ਖੰਡਰ ਬਣ ਰਹੀ ਹੋਵੇ ਉਹਨੂੰ ਸਾਂਭੀ ਨਾ ਤਾਂ ਉਹ ਸਰਕਾਰ ਦਾ ਜਿਹੜਾ ਦੰਬੀ ਚਿਹਰਾ ਹੈਗਾ ਉਹ ਨਜ਼ਰ ਆਉਂਦਾ ਹੈਗਾ ਦੂਸਰੀ ਗੱਲ ਜਿਹੜੀ ਤੁਸੀਂ ਭਾਰਤ ਪਾਕਿਸਤਾਨ ਦੇ ਵਪਾਰ ਦੀ ਕਹੀ ਹੈਗੀ ਆ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਲਗਾਤਾਰ ਮੰਗ ਕਰ ਰਹੇ ਕਿ ਭਾਰਤ ਪਾਕਿਸਤਾਨ ਜਿਹੜਾ ਵਪਾਰ ਹੈਗਾ ਪੰਜਾਬ ਰਾਂਈ ਪਾਰ ਪਾਕਿਸਤਾਨ ਉਪਾਰ ਪੰਜਾਬ ਰਾਈ ਹਸੈਨੀ ਵਾਲਾ ਤੇ ਵਾਗਾ ਬਾਰਡਰ ਜਿਹੜੇ ਆ ਉਹ ਖੁੱਲਣੇ ਚਾਹੀਦੇ ਹੈਗਾ ਇਹਦੀ ਪੰਜਾਬ ਦੀ ਆਰਥਿਕਤਾ ਨੂੰ ਇਹਦਾ ਬਹੁਤ ਹਲਾਰਾ ਜਿਹੜਾ ਹੈਗਾ ਮਿਲੂਗਾ ਮੈਂ ਤੁਹਾਨੂੰ ਦੋ ਤਿੰਨ ਮੋਟੀਆਂ ਆਧਾਰਨਾ ਦੇਣੀਆਂ ਚਾਹਾਂ ਰਾਜਸਥਾਨ ਦੀ ਜਿਪਸਮ ਦੇ 4 ਗੱਟੇ ਔਰ ਪਾਕਿਸਤਾਨ ਦੀ ਜਿਪਸਮ ਦਾ 1 ਗੱਟਾ 1 ਬਰਾਬਰ ਆ ਔਰ ਜਿਹੜੀ ਜਿਪਸਮ ਆ ਜਿਪਸਮ ਸੀਮੈਂਟ ਦੇ ਵਿੱਚ ਵੀ ਪੈਂਦੀ ਆ ਇਸ ਕਰਕੇ ਪਾਕਿਸਤਾਨ ਦਾ ਸੀਮੈਂਟ ਬਹੁਤ ਵਧੀਆ ਉਹਦੀ ਇਸ ਕਰਕੇ ਜਿਹੜੀ ਇੱਧਰ ਆ ਪਾਕਿਸਤਾਨ ਦੀ ਜਿਪਸਮ ਦੀ ਵੀ ਤੇ ਪਾਕਿਸਤਾਨ ਦੇ ਸੀਮੈਂਟ ਦੀ ਵੀ ਮੰਗ ਜੀ ਜੀ ਔਰ ਜਦੋਂ ਵਾਗਾ ਬਾਰਡਰ ਖੁੱਲਾ ਸੀ 1000 ਟਰੱਕ ਕੱਲਾ ਜਿਪਸਮ ਢੋਣ ਤੇ ਲੱਗਾ ਹੋਇਆ ਸੀਗਾ ਤੋ ਹਜ਼ਾਰ ਟਰੱਕ ਤੁਸੀਂ ਦੇਖ ਲਓ ਕਿੰਨੇ ਲੋਕਾਂ ਦਾ ਜਿਹੜਾ ਟਰੱਕ ਆਪਰੇਟਰ ਸੀ ਉਹਨਾਂ ਦਾ ਰੋਜ਼ਗਾਰ ਸੀਗਾ ਫਿਰ ਟਰੱਕ ਡਰਾਈਵਰਾਂ ਦਾ ਰੋਜ਼ਗਾਰ ਸੀ ਫਿਰ ਉੱਥੇ ਜਦੋਂ ਚੱਲਦਾ ਸੀ ਉੱਤੇ ਕਿੰਨੇ ਪੈਟਰੋਲ ਪੰਪ ਉੱਥੇ ਖੁੱਲੇ ਕਿੰਨੇ ਢਾਬੇ ਖੁੱਲੇ ਕਿੰਨੀਆਂ ਸਪੇਅਰ ਪਾਰਟ ਦੀਆਂ ਦੁਕਾਨਾਂ ਖੁੱਲੀਆਂ ਕਿੰਨੀਆਂ ਚਾਹ ਦੀਆਂ ਦੁਕਾਨਾਂ ਖੁੱਲੀਆਂ ਕਿੰਨੇ 400 ਤਾ ਉਸ ਇਲਾਕੇ 'ਚ ਕਰਿਆਨਾ ਸਟੋਰ ਖੁੱਲਿਆ ਕਿਉਂਕਿ ਉਸ ਵਪਾਰ ਦੇ ਨਾਲ ਉਸ ਦਰਜਨਾ ਪਿੰਡਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਦੀ ਜੇਬ 'ਚ ਪੈਸੇ ਆਉਣ ਲੱਗੇ ਇੱਥੋਂ ਤੱਕ ਕਿ ਮਜ਼ਦੂਰਾਂ ਦੇ ਘਰਾਂ 'ਚ ਵੀ ਘਰ ਪੱਕੇ ਤੇ ਜਿਹੜੇ ਸੀ ਮੋਟਰਸਾਈਕਲ ਉਹਨਾਂ ਦੇ ਘਰੇ ਆ ਗਏ ਇਹ ਕ੍ਰਿੱਡ ਦੀ ਜਿਹੜੀ ਆ ਸਟੱਡੀਜ਼ ਆ ਉਹ ਦੱਸ ਰਹੀਆਂ ਨੇ ਇਹਦੇ ਤੇ ਜਿਹੜੀਆਂ ਸਟੱਡੀਜ਼ ਹੋਈਆਂ ਨੇ ਉਹ ਦੱਸ ਰਹੀਆਂ ਨੇ ਜਿੰਨੀ ਇੱਥੇ ਮਸ਼ੀਨਰੀ ਬਣਦੀ ਖੇਤੀ ਦੀ ਸਾਡੇ ਉਹਨਾਂ ਤੂੜੀ ਬਣਾਉਣ ਵਾਲਾ ਜਿਹੜਾ ਸਟਾਰ ਰੀਪਰ ਹੀ ਆ ਇਹਦੀ ਪਾਕਿਸਤਾਨ 'ਚ ਬਹੁਤ ਮੰਗ ਆ ਪਾਕਿਸਤਾਨ ਨੂੰ ਬਹੁਤ ਫਿੱਟ ਪੈਂਦੀ ਜਿਹੜੀ ਪੰਜਾਬ ਚ ਖੇਤੀਬਾੜੀ ਮਸ਼ੀਨਰੀ ਬਣਦੀ ਆ ਕਿੰਨੇ ਲੋਕ ਜਿਹੜੀ ਖੇਤਰੀ ਮਸ਼ੀਨਰੀ ਬਣਾਉਂਦੇ ਆ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਠੀਕ ਆ ਬਹੁਤ ਤਰ੍ਹਾਂ ਦਾ ਰੋਜ਼ਗਾਰ ਕਈ ਵਾਰੀ ਕੀ ਹੁੰਦਾ ਕਿ ਸਾਡੇ ਇੱਥੇ ਟਮਾਟਰ ਰੋਲ ਰਿਆ ਹੁੰਦਾ ਤੇ ਪਾਕਿਸਤਾਨ ਚ ਲੋਕਾਂ ਨੂੰ ਮਿਲ ਨਹੀਂ ਰਿਹਾ ਹੁੰਦਾਗਾ ਤੇ ਜੇ ਇਹ ਸੈਨੀ ਵਾਲਾ ਦੇ ਵਾਗਾ ਬਾਰਡਰ ਖੁੱਲਾ ਹੋਵੇ ਤੇ ਜੇ ਟਰੱਕ ਵੀ ਨਹੀਂ ਹੈਗਾ ਕੋਈ ਭਾਵੇਂ ਮੋਟਰਸਾਈਕਲ ਤੇ ਜਾ ਕੇ ਉੱਥੇ ਸਮਾਨ ਵੇਚ ਆਵੇ ਨੇੜਲੇ ਭਾਵੇਂ ਸਾਈਕਲ ਤੇ ਜਾ ਕੇ ਆਪਣੇ ਜਿਹੜਾ ਸਮਾਨ ਉਹ ਵੇਚ ਵੇਚ ਸਕਣ ਪਰ ਇਹ ਜਿਹੜੀ ਕੇਂਦਰ ਦੀ ਬੋਲੀ ਬੋਲ ਰਹੀ ਆ ਕਿ ਦੋਨਾਂ ਪੰਜਾਬਾਂ ਨੂੰ ਆਪਸ ਦੇ ਵਿੱਚ ਉਹਨਾਂ ਦੀ ਦੁਸ਼ਮਣੀ ਖੜੀ ਕਰਕੇ ਰੱਖਣੀ ਹੈਗੀ ਆ ਉਹਨਾਂ 'ਚ ਜਿਹੜਾ ਫਰਕ ਪਾ ਕੇ ਰੱਖਣਾ ਬਹਾਨਾ ਕੀ ਬਣਾਇਆ ਜਦੋਂ ਇਹ ਵਪਾਰ ਬੰਦ ਕੀਤਾ ਬਹਾਨਾ ਬਣਾਇਆ ਪਲਵਾਮਾ ਦਾ ਹੈਨਾ ਤੇ ਪਲਵਾਮਾ ਦਾ ਅਟੈਕ ਹੋਇਆ ਕਿ ਕਰਵਾਇਆ ਕਿ ਇਹ ਵੀ ਹੈ ਜਿਹੜੇ ਡਿਬੇਟ ਦਾ ਈਸ਼ੂ ਆ ਹੂੰ ਬਹੁਤ ਸਾਰੇ ਲੋਕ ਇਹ ਮੰਨਦੇ ਆ ਸਾਨੂੰ ਵੀ ਲੱਗਦਾ ਵੀ ਭਾਜਪਾ ਨੇ 2009 ਦੀਆਂ ਚੋਣਾਂ ਜਿੱਤਣ ਵਾਸਤੇ ਖੁਦ ਫੌਜੀਆ ਦੀ ਬਲੀ ਲਈ ਆ ਖੋਦ ਜਿਹੜਾ ਸੀ ਕਰਵਾਇਆ ਗਿਆ ਨਹੀਂ ਤਾਂ ਅੱਜ ਤੱਕ ਨਹੀਂ ਪਤਾ ਲੱਗਾ ਉਹ ਆਰ ਡੀ ਐਕਸ ਕਿੱਧਰੋਂ ਆਇਆ ਗੱਡੀ ਕਿੱਧਰੋਂ ਆਈ ਸਭ ਗੋਲ ਗੱਲਾਂ ਨੇ ਤੇ ਜੇ ਪਾਕਿਸਤਾਨ ਦੇ ਨਾਲ ਕਹਿੰਦੇ ਵੀ ਦੁਸ਼ਮਣ ਦੇਸ਼ ਆ ਇਸ ਕਰਕੇ ਪਾਕਿਸਤਾਨ ਨੇ ਵਪਾਰ ਬੰਦ ਕਰਨਾ ਤੇ ਜਿਹੜਾ ਚੀਨ ਇਹਨਾਂ ਦੇ ਜੁੱਤੀਆਂ ਮਾਰਦਾ ਗਾਂਹ ਤੱਕ ਆ ਗਿਆ ਅੰਦਰ ਤੱਕ ਆ ਕੇ ਬੈਠਾ ਹੋਇਆ ਚੀਨ ਚੀਨ ਦਾ ਵਪਾਰ ਕਿੰਨਾ ਚੀਨ ਦਾ ਸਮਾਨ ਕਿੰਨਾ ਇੱਥੇ ਵਿਕ ਰਿਹਾ ਚੀਨ ਜੇ 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 ਦੁਸ਼ਮਣ ਦੇਸ਼ ਨਾਲ ਵਪਾਰ ਨਹੀਂ ਕਰਨਾਗਾ ਤੇ ਫਿਰ ਸਾਰਾ ਸਮਾਨ ਚੀਨ ਦਾ ਚైనా ਡੋਰ ਤੱਕ ਇੱਥੇ ਵਿਕਦੀ ਹੈਗੀ ਆ ਚੈਨੀ ਕਿਹੜਾ ਸਮਾਨ ਤੁਸੀਂ ਪੰਜਾਬ ਦਾ ਕੋਈ ਸ਼ਹਿਰ ਕੋਈ ਕਸਬਾ ਕੋਈ ਪਿੰਡ ਤਾਂ ਦੱਸੋ ਜਿੱਥੇ ਚੈਨੀ ਸਮਾਨ ਨਹੀਂ ਹੈਗਾ ਠੀਕ ਹੈ ਤੇ ਜਿਹੜੇ ਲੋਕਾਂ ਨਾਲ ਸਾਡੀ ਭਾਸ਼ਾ ਸਾਂਝੀ ਸੱਭਿਆਚਾਰ ਸਾਂਝਾ ਸਾਡਾ ਹੀ ਉਹ ਹਿੱਸਾ ਰਹਿ ਹੈਗੇ ਆ ਤੇ ਉਹ ਵਪਾਰ ਦਾ ਫਾਇਦਾ ਵੀ ਸਾਨੂੰ ਕਿਉਂਕਿ ਜਿਹੜਾ ਟ੍ਰੇਡ ਦਾ ਬੈਲੈਂਸ ਆ ਉਹ ਸਾਡੇ ਪੱਖ 'ਚ ਰਿਹਾ ਅਸੀਂ ਜਾਦਾ ਸਮਾਨ ਉਧਰ ਵੇਚਦੇ ਰਹੇ ਆ ਘੱਟ ਉਹਨਾਂ ਤੋਂ ਖਰੀਦਦੇ ਰਹੇ ਗਿਆ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਰੋਜ਼ਗਾਰ ਹੈਗਾ ਉਹ ਵਧੂਗਾ ਜੇ ਭਾਰਤ ਪਾਕਿਸਤਾਨ ਦਾ ਵਪਾਰ ਜਿਹੜਾ ਹੈਗਾ ਉਹ ਖੁੱਲੂਗਾ ਜੇ ਇਹ ਸੜਕਾਂ ਵਾਲੇ ਰਸਤੇ ਜਿਹੜੇ ਵਪਾਰ ਦੇ ਆ ਵਾਗਾ ਸੈਨੀ ਵਾਲਾ ਇਹ ਬੰਦ ਆ ਜਿਹੜਾ ਇੱਥੇ ਖੇਤੀ ਦਾ ਸੰਦ ਮੰਨ ਲਓ ਜੈਤੋ ਜਾਂ ਫਰੀਦਕੋਟ 'ਚ ਖੇਤੀ ਦਾ ਸੰਦ ਜਿਹੜਾ 15000 ਰੁਪਏ ਦਾ ਉਹ ਜੇ ਇਹ ਸੜਕਾਂ ਵਾਲਾ ਰਸਤਾ ਬੰਦ ਆ ਬੰਦਰਗਾਹਾਂ ਹੀ ਜਾਂਦਾ ਜਾਂ ਦੂਸਰੇ ਮੁਲਕਾਂ ਰਾਹੀਂ ਜਾਂਦਾ ਤਾਂ ਉਹ ਖੇਤੀ ਦਾ ਸੰਧ ਪਾਕਿਸਤਾਨ ਚ ਜਾ ਕੇ 50000 ਦਾ ਹੋ ਜਾਂਦਾ ਠੀਕ ਹੈ ਜੇ ਇੱਥੋਂ 15000 ਵਾਲਾ ਹੋਊਗਾ ਜੇ 15 ਵਾਲਾ 20 ਵੀ ਵੇਚੂਗਾ ਤੇ ਉਧਰਲੇ ਕਿਸਾਨ ਨੂੰ 30 ਵੀ ਮਿਲੂਗਾ ਉਧਰਲੇ ਦਾ ਵੀ ਫਾਇਦਾ ਤੇ ਇਧਰਲੇ ਦਾ ਵੀ ਫਾਇਦਾ ਪਰ ਜਿਹੜੀ ਬੰਬੇ ਦੀ ਜਿਹੜੀ ਹੈਗੀ ਆ ਟਰੇਡ ਵਾਲੀ ਜਿਹੜੀ ਲੌਬੀ ਹੈਗੀ ਆ ਉਹ ਨਹੀਂ ਚਾਹੁੰਦੀ ਕਿ ਸੜਕੇ ਰਸਤੇ ਰਾਹੀਂ ਜਿਹੜਾ ਹੈਗਾ ਉਹ ਵਪਾਰ ਹੋਵੇ ਜਾਂ ਇੱਕ ਜਿਹੜਾ ਕੇਂਦਰ ਦੀ ਹਕੂਮਤ ਚਿੰਦਾ ਰਾਸ਼ਟਰਵਾਦ ਪਾਕਿਸਤਾਨ ਦੇ ਖਿਲਾਫ ਖੜਾ ਹੋਇਆ ਹਮਮ ਮੁਸਲਮਾਨ ਵਿਰੋਧੀ ਫੀਲਿੰਗ ਤੇ ਉਹਨਾਂ ਨੇ ਖੜਾ ਕੀਤਾ ਹੋਇਆ ਇਸ ਕਰਕੇ ਉਹ ਜਿਹੜਾ ਟ੍ਰੇਡ ਨਹੀਂ ਚਾਹੁੰਦੇਗੇ ਤੁਸੀਂ ਇਹ ਦੇਖੋ ਕਿ ਬਾਰਡਰ ਤਾਂ ਪਾਕਿਸਤਾਨ ਦਾ ਕਈ ਸੂਬਿਆਂ ਨੂੰ ਲੱਗਦਾ ਤੇ ਜਿਹੜੀ ਰੀਟਰੀਟ ਸਰਮਨੀ ਹੁੰਦੀ ਆ ਫੌਜੀ ਅੱਖਾਂ ਕੱਢਦੇ ਫੌਜੀ ਅੱਖਾਂ ਕੱਢਦੇ ਇੱਕ ਦੂਜੇ ਨੂੰ ਉਹ ਪੰਜਾਬ ਦੇ ਬਾਰਡਰ ਤੇ ਹੀ ਉਹ ਕੀਤੀ ਜਾਂਦੀ ਹੈ ਇਹਦਾ ਮਤਲਬ ਹੈ ਕਿ ਇਸ ਖਿੱਤੇ 'ਚ ਦੋਨਾਂ ਜਿਹੜੇ ਲੋਕਾਂ ਦਾ ਸੱਭਿਆਚਾਰ ਸਾਂਝਾ ਭਾਸ਼ਾ ਸਾਂਝੀ ਆ ਇੱਕੋ ਕੌਮ ਕੌਮ ਹੈਗੇ ਆ ਉਹ ਪੰਜ ਦਰਿਆਵਾਂ ਦੀ ਸਾਂਝੀ ਧਰਤੀ ਤੇ ਰਹਿੰਦੇ ਰਹੇਗੇ ਆ ਪਹਿਲਾਂ ਉਹਨਾਂ ਨੂੰ ਵੰਡਿਆ ਤੇ ਹੁਣ ਆਪਸ ਵਿੱਚ ਉਹਦੀ ਜਿਹੜੀ ਦੁਸ਼ਮਣੀ ਪਵਾ ਕੇ ਜਿਹੜੀ ਰੱਖਣੀ ਹੈਗੀ ਆ ਤੇ ਜਿਹੜੀ ਇਹ ਹੈਗਾ ਕਿ ਵਪਾਰ ਨਹੀਂ ਖੁੱਲਣ ਦੇਣਾ ਇਹ ਭਾਜਪਾ ਦੀ ਬੋਲੀ ਆ ਭਾਜਪਾ ਚਾਹੁੰਦੀ ਆ ਭਾਜਪਾ ਦਾ ਪੰਜਾਬ ਵਿਰੋਧੀ ਜਿਹੜਾ ਉਹਦਾ ਅਜੰਡਾ ਇਹ ਉਹਦਾ ਹਿੱਸਾ ਕਿ ਦੋਨਾਂ ਪੰਜਾਬਾਂ ਦਾ ਵਪਾਰ ਨਹੀਂ ਖੁੱਲਣ ਦੇਣਾ ਤੇ ਭਗਵੰਤ ਮਾਨ ਸਾਹਿਬ ਜਦੋਂ ਇਹ ਗੱਲ ਬੋਲਦੇ ਹੈਗੇ ਆ ਤੇ ਜਿਹੜੀ ਸਾਡੀ ਗੱਲ ਮੈਂ ਚੋਣਾਂ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਗਈ ਸੀ ਕਿ ਭਾਜਪਾ ਦੀ ਬੀ ਟੀਮ ਆ ਇਹ ਵਾਰ-ਵਾਰ ਸਾਬਤ ਕਰ ਰਹੇ ਕਿ ਅਸੀਂ ਉਹਨਾਂ ਦੀ ਬੀ ਟੀਮ ਆ ਉਹਨਾਂ ਦੀ ਬੀ ਅੱਛਾ ਇੱਕ ਮੈਂ ਆਖਰੀ ਸਵਾਲ ਹਾਂਗਾ ਇਸ਼ਤਿਹਾਰਾਂ ਨੂੰ ਲੈ ਕੇ ਸਰਕਾਰ ਬੜਾ ਚਰਚਾ ਦੇ ਵਿੱਚ ਹੈ ਕਹਿੰਦੇ ਵੀ ਇੰਨੇ ਇਸ਼ਤਿਹਾਰ ਦੂਜੀਆਂ ਪਾਰਟੀਆਂ ਜਦੋਂ ਪਹਿਲਾਂ ਰਹੀਆਂ ਇਹਦੋਂ ਸਰਕਾਰਾਂ ਰਹੀਆਂ ਆਖਰੀ ਸਾਲਾਂ ਦੇ ਵਿੱਚ ਆਖਰੀ ਸਾਲ 'ਚ ਹੁੰਦਾ ਸਰਕਾਰ ਨੂੰ ਕਿ ਆਪਣਾ ਕੰਮ ਦੱਸਿਆ ਜਾਵੇ ਉਦੋਂ ਆਖਰੀ ਸਾਲ 'ਚ ਵੀ 250 300 ਕਰੋੜ ਦਾ ਇਸ਼ਤਿਹਾਰ ਦਿੱਤਾ ਜਾਂਦਾ ਸੀ ਤੇ ਇਹ ਪਹਿਲੇ ਸਾਲ ਦੇ ਵਿੱਚ ਹੀ ਲਗਭਗ 1000 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕੇ ਹੈ ਇਸ਼ਤਿਹਾਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੰਮ ਕੀਤਾ ਜਿਵੇਂ ਲਿਖਦੇ ਕਿ ਸਾਡਾ ਕੰਮ ਬੋਲਦਾ ਵੀ ਕੰਮ ਕੀਤਾ ਬੋਲਦਾ ਕਿ ਅਸੀਂ ਇਸ਼ਤਿਹਾਰ ਦਿੱਤੇ ਜਾ ਰਹੇ ਹੈ ਦੇਖੋ ਜੇ ਕੰਮ ਬੋਲਦਾ ਹੋਵੇ ਫਿਰ ਇਸ਼ਤਿਹਾਰ ਦੇਣ ਦੀ ਜ਼ਰੂਰਤ ਕੀ ਹੈ ਠੀਕ ਹੈ ਅਸੀਂ ਹੁਣ ਸਾਡਾ ਕਿਰਤੀ ਕਿਸਾਨੀ ਉਹਦਾ اجلاس ਹੋ ਰਿਹਾ ਸੀ ਪਿੰਡਾਂ ਚ ਜਥੇਬੰਦੀ ਬਣਾ ਰਹੇ ਹੈਗੇ ਆ ਠੀਕ ਹੈ ਮੈਂ ਸਾਰਾ ਸਰ ਰੋਜ਼ ਮੀਡੀਆ ਤੇ ਬੋਲੀ ਜਾਵਾਂ ਉਹਦੇ ਨਾਲ ਮੇਰੀ ਯੂਨੀਅਨ ਬਣੂਗੀ ਜਾਂ ਮੈਂ ਗਰਾਊਂਡ ਚ ਜਾ ਕੇ ਕਿਸਾਨਾਂ ਨੂੰ ਜੋੜਾਂ ਉਹਦੇ ਨਾਲ ਮੇਰੀ ਯੂਨੀਅਨ ਵਧੂਗੀ ਤੇ ਜਿੱਦਣ ਕੋਈ ਸੰਘਰਸ਼ ਹੋਊਗਾ ਜਿੱਦਣ ਕੋਈ ਕਿਸਾਨਾਂ ਦੇ ਹੱਕਾਂ ਦੀ ਲੜਾਈ ਜਦੋਂ ਤੇਜ਼ ਹੋਊਗੀ ਤੇ ਅਸੀਂ ਦੱਸ ਦਾਂਗੇ ਸਰ ਸਾਡਾ ਕੰਮ ਬੋਲੂ ਨਾ ਸਾਨੂੰ ਰੋਜ਼ ਮੀਡੀਆ ਚ ਆ ਕੇ ਦੱਸਣ ਦੀ ਲੋੜ ਨਹੀਂ ਹੈ ਵੀ ਸਾਡੀ ਜਥੇਬੰਦੀ ਹੈਗੀ ਆ ਤੇ ਲੜਦੀ ਆ ਇਹ ਫਿਰ ਜਦੋਂ ਕਿਤੇ ਜਦੋਂ ਵੀ ਕੋਈ ਲੜਾਈ ਕਿਸਾਨਾਂ ਦੀ ਚੱਲਦੀ ਆ ਇਹ ਉਦੋਂ ਸਾਬਤ ਕੀਤਾ ਜਾਂਦਾ ਹੈਗਾ ਬਹੁਤ ਸਾਰੇ ਕਿਸਾਨ ਆਗੂ ਜਿਨ੍ਹਾਂ ਨੂੰ ਲੋਕ ਦਿੱਲੀ ਮੋਰਚੇ ਦੌਰਾਨ ਜਾਣਨ ਲੱਗੇ ਵੀ ਉਹ ਪੰਜਾਬ ਚ ਕਿਸਾਨਾਂ ਨੂੰ ਐਡੀ ਤਾਕਤ ਇਕੱਠੀ ਕਰੀ ਬੈਠੇ ਕਿ ਉਹਨਾਂ ਨੇ ਭਾਜਪਾ ਨੂੰ ਕੇਂਦਰ ਦੀ ਹਕੂਮਤ ਨੂੰ ਝੁਕਾਤਾ ਉਹਨਾਂ ਦੇ ਕੰਮ ਨਹੀਂ ਦੱਸਿਆ ਇਸ ਕਰਕੇ ਕੰਮ ਜਦੋਂ ਕੀਤਾ ਹੋਵੇ ਉਹ ਇਸ਼ਤਿਹਾਰਾਂ ਰਾਹੀਂ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਕੰਮ ਲੋੜ ਪੈਣ ਤੇ ਬੋਲਦਾ ਹੈਗਾ ਇਸ ਕਰਕੇ ਜਦੋਂ ਕੰਮ ਨਹੀਂ ਬੋਲਦਾ ਤੇ ਫਿਰ ਇਹਨਾਂ ਨੂੰ ਐ ਵੀ ਸ਼ਾਇਦ ਸਾਡੇ ਇਸ਼ਤਿਹਾਰ ਜਿਹੜੇ ਹੈਗੇ ਆ ਉਹ ਬੋਲਣ ਲੱਗ ਜਾਣ ਜੇ ਰੇਤਾ ਕਹਿੰਦੇ 5.5 ਰੁਪਏ ਸੀ ਫੋਟ ਜਿਹੜਾ ਉਹ ਕਰਤਾ ਹੈਗਾ ਤੇ ਜੇ ਉਹਦੇ ਮੁਤਾਬਕ ਮੈਨੂੰ 850 ਜਿਹੜਾ 900 ਦੀ ਟਰਾਲੀ ਮਿਲਣੀ ਚਾਹੀਦੀ ਸੀ ਚਲ ਮੈਂ ਜੇ ਖੱਡਾ ਨੇੜੇ ਮੈਂ 500 ਦਾ ਡੀਜ਼ਲ ਵੀ ਲਾ ਲਾ ਮੈਨੂੰ ਕੋਈ 13 14 ਹਜ਼ਾਰ ਦੀ ਟਰਾਲੀ ਮਿਲਣੀ ਚਾਹੀਦੀ ਸੀਗੀ ਤੇ ਟਰਾਲੀ ਮੈਨੂੰ 5000 ਦੀ ਮਿਲ ਰਹੀ ਹੈ ਰੇਤਾ ਦੀ ਤੇ ਸਾਹਮਣੇ ਇਸ਼ਤਿਹਾਰ ਤੇ ਲਿਖਿਆ ਵੇ ਰੇਤਾ ਸਸਤੀ ਮੈਨੂੰ ਇਸ਼ਤਿਹਾਰ ਕੀ ਕਰ ਦੂਗਾ ਮੈਨੂੰ ਪਤਾ ਕਿ ਇਸ਼ਤਿਹਾਰ ਝੂਠ ਬੋਲ ਰਿਹਾ ਹੈਗਾ ਇਸ ਕਰਕੇ ਜਦੋਂ ਕੰਮ ਕੀਤਾ ਹੋਵੇ ਉਦੋਂ ਕੰਮ ਬੋਲਦਾ ਹੈਗਾ ਕੰਮ ਬੋਲ ਨਹੀਂ ਰਿਹਾਗਾ ਇਸ ਕਰਕੇ ਸਾਰਾ ਜਿਹੜਾ ਇਸ਼ਤਿਹਾਰ ਬਾਜੀ ਵਾਲਾ ਦੰਬ ਕੀਤਾ ਜਾ ਰਿਹਾ ਪਰ ਇਹ ਹੁਣ ਤੱਕ ਸਾਲ ਦੇ ਕਰੀਬ ਇਹਨਾਂ ਨੂੰ ਹੋਣ ਵਾਲਾ ਹੈਗਾ ਜੋ ਇਹਨਾਂ ਨੇ ਦਾਅਵੇ ਕੀਤੇ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਹਵਾਈ ਹੋ ਚੁੱਕੇ ਆ ਜਿਹੜੇ ਲੋਕ ਨਹੀਂ ਵੀ ਮੰਨਦੇ ਸੀਗੇ ਹੁਣ ਤਾਂ ਜਿਹੜੇ ਹੈਗੇ ਉਹ ਵੀ ਮੰਨਣ ਲੱਗ ਗਏ ਕਿ ਬਦਲਾਅ ਬਦਲਾਅ ਆਲੀ ਗੱਲ ਸਿਰਫ ਗੱਲ ਹੀ ਸੀ ਇਸ ਤੋਂ ਵੱਧ ਕੇ ਕੁਝ ਨਹੀਂ ਸੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਾਈ ਜੀ ਬਹੁਤ ਗੱਲਬਾਤ ਕੀਤੀ ਰਜਿੰਦਰ ਦੀਪ ਸਿੰਘ ਵਾਲਾ ਸਾਡੇ ਨਾਲ ਸੰਸਦ ਸਰਕਾਰ ਤੋਂ ਲੈ ਕੇ ਬੰਦੀ ਸਿੰਘਾਂ ਦੇ ਮੋਰਚੇ ਤੱਕ ਹਰ ਇੱਕ ਪੱਖ ਜਾਣਿਆ ਜਿਸ ਦੀ ਜਿਸ ਤੇ ਕੁਛ ਨਾ ਕੁਝ ਇਹਨਾਂ ਦੇ ਵਿਚਾਰ ਵੀ ਜ਼ਰੂਰੀ ਸੀ ਕਿਉਂਕਿ ਲਗਾਤਾਰ ਆਪਣੇ ਵਿਚਾਰ ਰੱਖਦੇ ਰਹਿੰਦੇ ਨੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲੀ ਸੀ ਤਾਂ ਇਹਨਾਂ ਨੇ ਵੀ ਮਾਰਚ ਕੀਤਾ ਸੀ ਸਰਕਾਰ ਤੇ ਵੀ ਸਵਾਲ ਉਠਾਇਆ ਸੀ ਬਣਨ ਤੋਂ ਪਹਿਲਾਂ ਵੀ ਕਿਹਾ ਸੀ ਕਿ ਇਹ ਬੀ ਟੀਮ ਹੈ ਤੇ ਹੁਣ ਵੀ ਉਹ ਕਹਿੰਦੇ ਆ ਕਿ ਅਸੀਂ ਜੋ ਕਹਿ ਰਹੇ ਸੀ ਉਹ ਗੱਲਾਂ ਸਾਹਮਣੇ ਆ ਰਹੀਆਂ ਕਿ ਇਹ ਬੀ ਟੀਮ ਹੈ ਤੇ ਉਸੇ ਤਰੀਕੇ ਨਾਲ ਕੰਮ ਜਿਹੜਾ ਉਹ ਕਰ ਰਹੀ ਹੈ ਕੈਮਰਾ ਪਰਸਨ ਜਸਦੇ ਨਾਲ ਮਨਿੰਦਰ ਜੀ ਸਿੱਧੂ ਲੋਕਾਈ ਟੀਵੀ